ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਰਨ ਸਿੰਘ ਸੰਧੂ ਰੈਫਰਲ ਐਡੂ ਸਿਟੀ ਤੋਂ ਗ੍ਰੀਨ ਲਿਸਟ ਕੀ ਆ ਇਹ ਤੁਸੀਂ ਬਹੁਤ ਅੱਜਕੱਲ ਸੁਣ ਰਹੇ ਹੋ ਗ੍ਰੀਨ ਲਿਸਟ ਗ੍ਰੀਨ ਲਿਸਟ ਨਿਊਜ਼ੀਲੈਂਡ ਨੇ ਗ੍ਰੀਨ ਲਿਸਟ ਕੱਢਤੀ ਗ੍ਰੀਨ ਲਿਸਟ ਕੀ ਹੁੰਦੀ ਆ ਔਰ ਇਹਦੇ ਕੀ ਕੀ ਇੰਪੈਕਟ ਨੇ ਕਿੰਨਾ ਲਈ ਫਾਇਦੇਮੰਦ ਆ ਗ੍ਰੀਨ ਲਿਸਟ ਔਰ ਕੀ ਤੁਸੀਂ ਗ੍ਰੀਨ ਲਿਸਟ ਦੇ ਵਿੱਚ ਜਾ ਸਕਦੇ ਹੋ ਕੀ ਆ ਗ੍ਰੀਨ ਲਿਸਟ ਇਹਨੂੰ ਦੱਸਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਜੀ ਨਿਊਜ਼ੀਲੈਂਡ ਤੋਂ ਇੰਟਰਨੈਸ਼ਨਲ ਸੀਨੀਅਰ ਇੰਟਰਨੈਸ਼ਨਲ ਐਡਵਾਈਜ਼ਰ ਦੋ ਗਵਰਨਮੈਂਟ ਕਾਲਜਸ ਤੋਂ 50-50 ਸਾਲ ਪੁਰਾਣੇ ਕਾਲਜਸ ਦੇ ਸੀਨੀਅਰ ਇੰਟਰਨੈਸ਼ਨਲ ਐਡਵਾਈਜ਼ਰ ਸਰਦਾਰ ਪਰਮਦੀਪ ਸਿੰਘ ਜਿਹੜੇ ਕਿ ਪਿਛਲੇ 20 ਸਾਲਾਂ ਤੋਂ ਨਿਊਜ਼ੀਲੈਂਡ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਿਹਾ ਉਹ ਅੱਜ ਤੁਹਾਨੂੰ ਦੱਸਣਗੇ ਜੀ ਕੀ ਹੁੰਦੀ ਹੈ ਪਰਮਦੀਪ ਜੀ ਕੀ ਹੁੰਦੀ ਹੈ ਗ੍ਰੀਨ ਲਿਸਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗ੍ਰੀਨ ਲਿਸਟ ਗਵਰਨਮੈਂਟ ਨੇ ਇਮੀਗ੍ਰੇਸ਼ਨ ਰਿਫਰੈਸ਼ ਕੀਤੀ ਹੈ ਤੇ ਉਹ ਕਹਿੰਦੇ ਵੀ ਨਿਊਜ਼ੀਲੈਂਡ ਚ ਨਾ ਉਹੀ ਬੱਚੇ ਆ ਜਿਨ੍ਹਾਂ ਦੀ ਉੱਥੇ ਜ਼ਰੂਰਤ ਹੈਗੀ ਹੈ ਜਿਨ੍ਹਾਂ ਦੀ ਕਰੀਅਰ ਓਪਰਚ्युनिटीਜ਼ ਅੱਛੀ ਹੈ ਇਹਨਾਂ ਨੇ ਬਹੁਤ ਹੀ ਐਥੀਕਲ ਡਿਸੀਜਨ ਲਿਆ ਹੈ ਵੀ ਤੁਸੀਂ ਐਵੇਂ ਆ ਕੇ ਆਪਣੇ ਪੈਸੇ ਨਾ ਵੇਸ ਕਰੋ ਤਾਂ ਕਿ ਕੋਰਸ ਕਰਨ ਤੋਂ ਬਾਅਦ ਉਹ ਇਹ ਨਾ ਹੋਏ ਤੁਹਾਨੂੰ ਜੌਬ ਨਹੀਂ ਮਿਲ ਰਹੀ ਪੈਸੇ ਵੇਸ ਜਾ ਰਹੇ ਔਰ ਇੱਧਰ ਉੱਧਰ ਭਟਕ ਰਹੇ ਹੈਗੇ ਹੋ ਤੇ ਇਹ ਗ੍ਰੀਨ ਲਿਸਟ ਹੈਗੀ ਹੈ ਐਕਸਟ੍ਰੀਮਲੀ ਸਕਿਲਡ ਸ਼ਾਰਟੇਜ ਏਰੀਆ ਹੁਣ ਇਹਦੇ ਵਿੱਚ ਹੈਗੇ ਆ ਇੱਕ ਤਾਂ ਨਿਊਜ਼ੀਲੈਂਡ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਨਿਊਜ਼ੀਲੈਂਡ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇਹ ਜਿਹੜੇ ਦੋਨੋਂ ਗਵਰਨਮੈਂਟ ਇੰਸਟੀਚਿਊਟ ਐ ਸਿਵਲ ਇੰਜੀਨੀਅਰਿੰਗ ਡਬਲਯੂ ਆਈਟੀਟੀ ਕੋਲ ਐ ਟੋਏ ਹੋਮ ਆ ਕੋਲ ਦੋਨੋਂ ਹੈਗੇ ਆ ਇਹਦੇ ਲਈ ਪਲੱਸ 2 ਨਾਨ ਮੈਡੀਕਲ 50 ਪਰਸੈਂਟ ਅਬਵ ਮਾਰਕਸ ਹੋਣੇ ਚਾਹੀਦੇ ਐ ਮੈਥ ਤੁਹਾਡਾ ਚੰਗਾ ਹੋਣਾ ਚਾਹੀਦਾ ਹੈਗਾ 6 ਬੈਂਡ ਓਵਰਲ ਵਿਦ ਨੋ ਬੈਂਡ ਲੈਸ ਥੈਨ 5.5 ਜਾਂ ਪੀਟੀ 50 42 ਦਾ ਘਟ ਨਹੀਂ ਹੋਣਾ ਚਾਹੀਦਾ 20-21 ਡਾਲਰ ਸਾਲ ਦੀ ਫੀਸ ਹੈਗੀ ਆ न्यूजीलैंड डिप्लोमा इन कंस्ट्रक्शन मैनेजमेंट न्यूज़ीलैंड डिप्लोमा इन कंस्ट्रक्शन मैनेजमेंट स्ट्रेंड है क्वॉंटिटी ये दोनों भी ग्रीन लिस्ट है दो साल का डिप्लोमा उस बाद दो साल का पोस्ट स्टडी वर्क वीजा ये कॉमर्स वाले बच्चे भी कर सकते हैं फिफ्टी परसेंट अबब मार्क्स छे बैंड ओवरऑल से पी ट फिफ्टी का स्कोर विद नो मॉड्यूल लैस दैन फोर्टी टू ए भी डबल्यू आई टी टीच भी अवेलेबल है ए टोयो एच भी अवेलेबल है फिर एक सब तो वजी होर ग्रीन लिस्ट का प्रोग्राम किया न्यूजीलैंड सर्टिफिकेट इन एग्रीकल्चर स्पैशलाइजेन इन डेयरी फार्मिंग ਏ ਪਲੱਸ 2 ਕੋਈ ਵੀ ਬੈਕਗ੍ਰਾਉਂਡ ਵਾਲਾ ਬੱਚਾ ਕਰ ਸਕਦਾ ਹੈਗਾ ਬਸ ਤੁਹਾਡੀ ਥੋੜੀ ਜਿਹੀ ਰੂਰਲ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੋਈ ਖੇਤੀਬਾੜੀ ਦਾ ਕੋਈ گاਵਾ ਮੱਜਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਉਹ ਤੁਸੀਂ ਇਹ ਕੋਰਸ ਐਗਰੀਕਲਚਰ ਕਰਨ ਆ ਸਕਦੇ ਹੋ 1 ਸਾਲ ਦਾ ਸਰਟੀਫਿਕੇਟ ਹੈ ਉਸ ਤੋਂ ਬਾਅਦ 1 ਸਾਲ ਦਾ ਹੀ ਪੋਸਟ ਸਟੱਡੀ ਵਰਕ ਵੀਜ਼ਾ ਫੀਸ ਵੀ ਸਾਰੀ 2500 ਡਾਲਰ ਹੈ ਇਹ ਸਾਰੇ ਕੋਰਸਿਸ ਦੀ ਫ फेब्रुवारी ਮਈ ਜੁਲਾਈ ਇਨਟੇਕਸ ਹੈਗੀਆਂ ਫਿਰ ਇੱਕ ਹੋਰ ਆ ਗਿਆ ਗ੍ਰੈਜੂਏਟ ਲੈਵਲ ਦਾ ਜਿਹੜਾ ਡਿਗਰੀ ਹੋਲਡਰ ਲਈ ਜਿਨਨੇ ਬੀਈ ਸਿਵਲ ਕੀਤੀ ਹੋਏ ਬੀਈ ਮਕੈਨਿਕਲ ਕੀਤੀ ਹੋਏ ਜਾਂ ਬੈਚਲ ਉਹ ਆ ਸਕਦੇ ਨੇ ਗ੍ਰੈਜੂਏਟ ਡਿਪਲੋਮਾ ਇਨ ਹਾਈਵੇ ਇੰਜੀਨੀਅਰਿੰਗ 1 ਸਾਲ ਦਾ ਇਹ ਡਿਪਲੋਮਾ ਹੈਗਾ ਉਸ ਤੋਂ ਬਾਅਦ 1 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਬਟ ਪਿਛਲੇ 15 ਸਾਲਾਂ ਤੋਂ ਸਾਡਾ ਰਿਕਾਰਡ ਹੈ ਵੀ ਜਿਹੜੇ ਵੀ ਬੱਚੇ ਗ੍ਰੈਜੂਏਟ ਹੁੰਦੇ ਨਾ ਵਿਥਿਨ 2 ਮੰਥ ਹਰ ਇੱਕ ਨੂੰ ਨੌਕਰੀ ਮਿਲ ਰਹੀ ਹੈ 70000 ਡਾਲਰ ਦੇ ਕਰੀਬ ਐਵਰੇਜ ਸੈਲਰੀ ਹੈਗੀ ਹੈ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਹਾਈਵੇ ਤਾਂ ਸਾਰੀ ਦੁਨੀਆ ਚ ਬੰਨ ਹੀ ਰਹੇ ਹੈਗੇ ਤੇ ਕੋਰਸ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਚ ਵੀ ਜਿਵੇਂ ਸਿਰਫ ਅਸੀਂ ਕਰਾਂਦੇ ਹੋਰ ਕੋਈ ਨਹੀਂ ਕਰਾਂਦਾ ਇਹ ਬੱਚਾ ਕੋਰਸ ਕਰਨ ਤੋਂ ਬਾਅਦ ਨਿਊਜ਼ੀਲੈਂਡ ਵੀ ਸੈਟਲ ਹੋ ਸਕਦਾ ਹੈ ਕੱਲ ਨੂੰ ਆਸਟ੍ਰੇਲੀਆ ਜਾਣਾ ਹੋਵੇ ਜਾਂ ਦੁਨੀਆ ਕਿਤੇ ਹੋਰ ਵੀ ਜਾਣਾ ਹੋਵੇ ਕਿਤੇ ਹੋਰ ਵੀ ਜਾ ਸਕਦਾ ਹੈ 22000 ਡਾਲਰ ਸਾਰੀ ਫੀਸ ਹੈ ਇਹਦੀ ਵੀ ਫ फेब्रुवारी ਉਸ ਤੋਂ ਬਾਅਦ ਮਈ ਤੇ ਜੁਲਾਈ ਇਨਟੇਕ ਹੈਗੀਆਂ ਅਵੇਲੇਬਲ ਤੇ ਤੁਸੀਂ ਫਟਾਫਟ ਕੋਸ਼ਿਸ਼ ਕਰੋ ਰੈਫਰ ਐਜੂਕੇਸ਼ਨ ਨਾਲ ਕੰਟੈਕਟ ਕਰੋ ਕਿਉਂਕਿ ਸੀਟਾਂ ਹਮੇਸ਼ਾ ਲਿਮਟਿਡ ਹੁੰਦੀਆਂ ਜਿੰਨੀ ਜਲਦੀ ਉਹਨਾਂ ਨਾਲ ਕੰਟੈਕਟ ਕਰੋਗੇ ਕੋਈ ਐਪਲੀਕੇਸ਼ਨ ਫੀ ਨਹੀਂ ਹੈ ਕੁਝ ਨਹੀਂ ਹੈ ਤੁਹਾਡੀ ਪਹਿਲਾਂ ਐਡਮਿਸ਼ਨ ਹੋ ਜਾਏਗੀ ਉਸ ਤੋਂ ਬਾਅਦ ਜਦ ਤੁਹਾਡਾ ਵੀਜ਼ਾ ਆਏਗਾ ਅਪਰੂਵ ਹੋ ਕੇ ਉਸ ਤੋਂ ਬਾਅਦ ਫੀਸ ਪੇ ਕਰਨੀ ਹੈਗੀ ਹੈ ਜਿਹੜਾ ਜਿਹੜਾ ਪਰਮਦੀਪ ਜੀ ਗ੍ਰੀਨ ਲਿਸਟ ਦੇ ਵਿੱਚ ਜਿਹੜਾ ਬੱਚਾ ਪੜਨ ਚਲਾ ਜਾਂਦਾ ਉਹਦੀ ਪੀਆਰ ਦੀ ਕਿੰਨੀ ਗਰੰਟੀ ਹੈ ਜੀ ਆਲਮੋਸਟ ਸ਼ੋਰ ਹੈਗਾ ਤੁਹਾਨੂੰ ਉੱਥੇ ਕੋਈ ਵੀ ਜੌਬ ਮਿਲਦੀ ਹੈਗੀ ਉਹਨਾਂ ਨੇ ਵੈਬਸਾਈਟ ਤੇ ਲਿਸਟ ਕੀਤੀ ਹੋਈਆਂ ਨੇ ਨੌਕਰੀਆਂ ਮਤਲਬ ਇਹ ਨਹੀਂ ਹੈ ਵੀ ਇਹ ਸੈਲਰੀ ਹੋਣੀ ਚਾਹੀਦੀ ਹੈ ਇਹ ਸੈਲਰੀ ਹੋਣੀ ਚਾਹੀਦੀ ਹੈ ਮੀਡੀਅਨ ਕੋਈ ਐਵਰੇਜ ਸੈਲਰੀ ਹੋਣੀ ਚਾਹੀਦੀ ਹੈ ਉਹ ਜੌਬ ਤੁਹਾਨੂੰ ਜਿਵੇਂ ਮਿਲੇ ਤੁਹਾਡੀ ਇਮੀਡੀਏਟ ਐਲੀਜੀਬਿਲਟੀ ਬਣ ਸੋ ਐਸਕੇ ਜੀ ਗ੍ਰੀਨ ਲਿਸਟ ਗ੍ਰੀਨ ਲਿਸਟ ਦਾ ਮਤਲਬ ਆ ਕਿ ਤੁਹਾਡੀ ਪੀਆਰ ਆਲ ਮੋਸਟ ਆਲਮੋਸਟ 99.9% ਹੋਣੀ ਹੀ ਹੋਣੀ ਆ ਸੋ ਜੇ ਤੁਸੀਂ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ ਟਰਾਈ ਕਰੋ ਉਹੀ ਕੋਰਸ ਚੂਜ਼ ਕਰੋ ਜਿਹੜਾ ਗ੍ਰੀਨ ਲਿਸਟ ਦੇ ਵਿੱਚ ਆ ਕਿਉਂਕਿ ਆਲਮੋਸਟ ਗਾਰੰਟੀ ਹੈ ਤੁਹਾਨੂੰ ਸੋ ਆਈ ਹੋਪ ਤੁਹਾਨੂੰ ਗ੍ਰੀਨ ਲਿਸਟ ਬਾਰੇ ਅੱਜ ਤੋ-ਬਾਦ ਪਤਾ ਲੱਗਿਆ ਹੋਗਾ ਬਟ ਅਗਰ ਫਿਰ ਵੀ ਕੋਈ ਕਨਫਿਊਜ਼ਨ ਆ ਨਹੀਂ ਪਤਾ ਲੱਗਦਾ ਚੱਕੋ ਫੋਨ 9914219000 ਤੇ ਕਾਲ ਕਰੋ ਆਪਾਂ ਤੁਹਾਨੂੰ ਦੱਸਾਂਗੇ ਕੋਰਸ ਵੀ ਕਿਹੜੇ-ਕਿਹੜੇ ਨੇ ਗ੍ਰੀਨ ਲਿਸਟ ਦੇ ਵਿੱਚ ਕਿਹੜੀ-ਕਿਹੜੀ ਐਲੀਜੀਬਿਲਟੀ ਕਰਾਈਟੇਰੀਆ ਕਿਵੇਂ ਜਾ ਸਕਦੇ ਹੋ ਕਿਵੇਂ ਕਿ ਨਿਊਜ਼ੀਲੈਂਡ ਦੇ ਵਿੱਚ ਪੀਆਰ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ